ਸ਼ਾਮ 84 ਦੇ ਸਾਬਕਾ ਵਿਧਾਇਕ ਸ਼੍ਰੀ ਰਾਮ ਲੁਭਾਇਆ ਦਾ ਬੀਤੀ ਦਿਨੀ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਯਾਦ ਵਿੱਚ ਰੱਖੇ ਗਏ ਧਾਰਮਿਕ ਪ੍ਰੋਗਰਾਮ ਦੌਰਾਨ ਪ੍ਰਮੁੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ 'ਤੇ ਸੱਚਖੰਡ ਡੇਰਾ ਬੱਲਾ ਦੇ ਗੱਦੀ ਨਸ਼ੀਨ ਸੰਤ ਰਿੰਦਰ ਦਾਸ ਜੀ, ਬਾਬਾ ਗੁਰਦੇਵ ਸਿੰਘ ਜੀ, ਸਾਬਕਾ ਕੇਂਦਰੀ ਮੰਤਰੀ ਪਵਨ ਬੰਸਲ, ਪੋਂਡੇਚੇਰੀ ਦੇ ਸਾਬਕਾ ਰਾਜਪਾਲ ਇਕਬਾਲ ਸਿੰਘ ਜੀ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ, ਸਾਬਕਾ DGP DR ਪੱਟੀ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਚੌਧਰੀ ਰਾਮ ਲੁਭਾਇਆ ਨੂੰ ਸ਼ਰਧਾਂਜਲੀ ਭੇਟ ਕੀਤੀਆਂ। ਇਸ ਮੌਕੇ 'ਤੇ ਉਹਨਾਂ ਦੀ ਧਰਮ ਪਤਨੀ ਬੀਬੀ ਸੰਤੋਸ਼ ਚੌਧਰੀ, ਸਾਬਕ ਕੇਂਦਰੀ ਮੰਤਰੀ ਨੇ ਹਾਜ਼ਰ ਪਤਵੰਤ ਸੱਜਣਾਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼ TV। ਲੁਭਾਇਆ ਜੀ, ਮੇਰੇ ਭੈਣ ਜੀ ਬੀਬੀ ਸੰਤੋਸ਼ ਕੌਰ ਜੀ, ਜਿਨ੍ਹਾਂ ਦਾ ਸੰਗਤਾਂ ਦੇ ਨਾਲ ਕਿੰਨਾ ਪਿਆਰ ਸੀ, ਚੌਧਰੀ ਰਾਮ ਲੁਭਾਇਆ ਜੀ ਨੂੰ ਦਾਸ ਬਹੁਤ ਸਾਰੇ ਸਮਾਗਮਾਂ ਵਿੱਚ ਮਿਲਣ ਦਾ ਸਮਾਂ ਮਿਲਿਆ। ਬਹੁਤ ਹੀ ਮਲਾਪੜੇ ਅਤੇ ਬੜੇ ਹੀ ਪਿਆਰ ਵਾਲੇ ਸਨ। ਸੋ ਉਹਨਾਂ ਦੇ ਪ੍ਰਥਾਏ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਚੌਧਰੀ ਰਾਮ ਲੁਭਾਇਆ ਜੀ ਸ਼ਰਧਾਂਜਲੀਆਂ ਦੇਣ ਵਾਸਤੇ ਇਕੱਤਰਿਤ। ਚੌਧਰੀ ਰਾਮ ਲੁਭਾਇਆ ਜੀ ਵੈਸੇ ਤਾਂ ਆਪਣੇ ਪਿਤਾ ਜੀ ਦੇ ਸਮੇਂ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਬੜੇ ਐਕਟਿਵ ਰਹੇ। ਮੇਰਾ ਨਿੱਜੀ ਤੌਰ 'ਤੇ ਉਹਨਾਂ ਦੇ ਨਾਲ 45 ਵਰ੍ਹਿਆਂ ਤੋਂ ਵੀ ਉੱਪਰ ਦਾ ਇੱਕ ਰਿਸ਼ਤਾ ਸੀ ਅਤੇ ਕਦੇ ਵੀ ਮੈਂ ਕਿਸੇ ਮੌਕੇ 'ਤੇ ਉਹਨਾਂ ਨੂੰ ਕੋਈ ਉੱਚੇ ਸ਼ਬਦਾਂ ਦੇ ਵਿੱਚ ਕਿਸੇ ਨਾਲ ਗੱਲ ਕਰਦੇ ਨਹੀਂ ਵੇਖਿਆ। ਹਲੀਮੀ, ਨਮਰਤਾ ਦੇ ਉਹ ਪ੍ਰਤੀਕ ਸਨ ਅਤੇ ਕਿਸੇ ਵੀ ਜਗ੍ਹਾ ਸੀ, ਕਿਸੇ ਵੀ ਪੋਜੀਸ਼ਨ 'ਤੇ ਸਨ, ਉਹਨਾਂ ਦੇ ਵਿੱਚ ਕਦੇ ਹੰਕਾਰ ਨਹੀਂ ਸੀ ਆਇਆ। ਮੈਂ ਤੇ ਰਾਮ ਲੁਭਾਇਆ ਅਸੀਂ ਇਕੱਠੇ ਯੂਥ ਕਾਂਗਰਸ 'ਚ ਚੱਲਦੇ ਸੀ। ਤੁਸੀਂ ਬਾਅਦ 'ਚ ਆਏ ਹੋ ਯੂਥ ਕਾਂਗਰਸ ਦੇ ਪ੍ਰਧਾਨ। ਅਸੀਂ ਇਕੱਠਿਆਂ ਨੇ ਸਾਰੇ ਪੰਜਾਬ ਵਿੱਚ, ਇਹ ਠੀਕ ਹੈ ਕਿ ਉਸ ਵੇਲੇ ਸੰਜੇ ਗਾਂਧੀ ਜੀ ਦਾ ਵੀ ਬੜਾ ਨਾਂ ਸੀ, 5-point ਪ੍ਰੋਗਰਾਮ ਚੱਲਦਾ ਸੀ, ਲੇਕਿਨ ਜੋ ਮੈਂ ਰਾਮ ਲੁਭਾਏ ਕੋਲੋਂ ਮੈਂ ਸਿੱਖਿਆ, ਕਿਉਂਕਿ ਚੌਧਰੀ ਸੁੰਦਰ ਸਿੰਘ ਜੀ ਦੀ ਬੜੀ ਵੱਡੀ ਉਹਨਾਂ ਨੂੰ ਇੱਕ ਸ਼ਿਕਸ਼ਾ ਸੀ। ਐਸੀ ਸ਼ਿਕਸ਼ਾ ਕਿ ਪਬਲਿਕ ਦੀ ਸੇਵਾ ਕਰਨ ਦੀ, ਹਰ ਵੇਲੇ ਲੋਕਾਂ ਦੀ ਸੇਵਾ ਕਰਦੇ ਰਹਿਣਾ। ਹਰ ਵਿਅਕਤੀ ਨੂੰ ਦੁੱਖ ਹੈ ਕਿਉਂਕਿ ਅਗਰ ਰਾਜਨੀਤੀ ਦੀ ਗੱਲ ਕੀਤੀ ਜਾਵੇ, ਚੌਧਰੀ ਸਾਹਿਬ MLA ਰਹੇ, ਕਾਰਪੋਰੇਸ਼ਨ ਦੇ ਚੇਅਰਮੈਨ ਰਹੇ, ਘਰ ਤੋਂ ਹੀ ਸਿਆਸਤ ਮਿਲੀ। ਅਗਰ ਅਸੀਂ ਚੌਧਰੀ ਸੁੰਦਰ ਸਿੰਘ ਜੀ ਨੂੰ ਯਾਦ ਕਰੀਏ ਤੇ ਘਰ ਤੋਂ ਹੀ ਸਿਆਸਤ ਸਿੱਖੇ। ਮੈਡਮ ਸੰਤੋਸ਼ ਚੌਧਰੀ ਵੀ ਮੰਤਰੀ ਰਹੇ, ਸਾਰਾ ਪਰਿਵਾਰ ਮਤਲਬ ਲੋਕਾਂ ਦੀ ਸੇਵਾ ਕਰਦਾ ਰਿਹਾ। ਲੇਕਿਨ ਚੌਧਰੀ ਸਾਹਿਬ ਦਾ ਜੇ ਸੁਭਾਅ ਦੀ ਗੱਲ ਕਰੀਏ, ਅੱਜ ਜਿੰਨੀਆਂ ਲੋਕਾਂ ਨਾਲ ਵੀ ਚਰਚਾ ਹੁੰਦੀ ਹੈ ਕਿ ਚੌਧਰੀ ਸਾਹਿਬ ਬਹੁਤ ਵਧੀਆ ਇਨਸਾਨ ਸਨ। ਹਰ ਸਾਡੇ ਪਰਿਵਾਰ ਦੇ ਵਿੱਚ, ਦਲਿਤ ਸਮਾਜ ਦੇ ਵਿੱਚ ਇੱਕ ਬਹੁਤ ਬੜਾ ਹਾਦਸਾ ਹੋਇਆ। ਉਹਨਾਂ ਨੇ ਥੋੜ੍ਹੇ ਜਿਹੇ ਦਿਨ, 5-6 ਦਿਨ ਪਹਿਲਾਂ ਮੇਰੇ ਨਾਲ ਸਾਸੀ ਸੈਰ ਕਰਦੇ ਤੇ ਪੰਜਾਬ ਭਵਨ 'ਚ ਇਕੱਠੇ। ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ। ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਿਆਰ ਦੇਣ ਦੇ ਲਈ, ਸਾਨੂੰ ਹੌਸਲਾ ਦੇਣ ਦੇ ਲਈ ਦੂਰੋਂ ਦੂਰ ਚੱਲ ਕੇ ਆਏ ਹੋ। ਇਹ ਵੀ ਸੱਚਾਈ ਹੈ ਕਿ ਜਿਹੜਾ ਇਸ ਦੁਨੀਆਂ ਦੇ ਵਿੱਚ ਆਇਆ ਉਹਨੇ ਜਾਣਾ ਜ਼ਰੂਰ ਹੈ, ਲੇਕਿਨ ਚੌਧਰੀ ਰਾਮ ਲੁਭਾਇਆ ਪਤੀ ਸਨ, ਉਹਦੀ ਇਹੋ ਜਿਹਾ ਸਮਾਂ ਮੈਂ ਆਪਣੀ ਜ਼ਿੰਦਗੀ ਦਾ ਬਿਤਾਇਆ ਤੇ ਸ਼ਾਇਦ ਹੀ ਕੋਈ ਕਰੋੜਾਂ ਦੇ ਵਿੱਚ ਕੋਈ ਇਹੋ ਜਿਹਾ ਪਰਿਵਾਰ ਹੋਏਗਾ, ਇਹੋ ਜਿਹਾ ਇਨਸਾਨ। ਉਹ ਸਾਰੇ ਲੋਕ ਮੈਨੂੰ ਇਹ ਕਹਿੰਦੇ ਸੀ ਕਿ ਸ਼ਾਇਦ ਤੂੰ ਸਵਰਗਾਂ ਦੇ ਵਿੱਚ ਇਹੋ ਜਿਹੇ ਕੰਮ ਕਰਕੇ ਆਈ ਹੈ ਕਿ ਪਤੀ ਤੈਨੂੰ ਇਹੋ ਜਿਹਾ ਮਿਲਿਆ। ਲੇਕਿਨ ਅੱਜ ਦੁੱਖ ਮੈਨੂੰ ਜ਼ਰੂਰ ਹੈ ਇਸ ਚੀਜ਼ ਦਾ, ਔਰ ਬਹੁਤ ਦੁੱਖ ਹੈ
ਇਸ ਪਰਿਵਾਰ ਨੇ ਜੀਵਨ ਲਗਾ ਦਿੱਤਾ ਸਮਾਜ ਦੀ ਸੇਵਾ ਦੇ ਲਈ। ਉਹ ਕਿਸੇ ਬਿਮਾਰੀ ਨਾਲ ਨਹੀਂ